ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਲੌਕੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਅੱਧਾ ਕਿਲੋ ਲੌਕੀ ਲਈ, ਇਹਨੂੰ ਧੋਣ ਤੋਂ ਬਾਅਦ ਆਪਾਂ ਛਿੱਲ ਲਿਆ। ਇਹਨੂੰ ਛਿੱਲਣ ਤੋਂ ਬਾਅਦ ਆਪਾਂ ਧੋ ਲਿਆ, ਹੁਣ ਇਹਨੂੰ ਅਸੀਂ ਚੀਰ ਕੇ ਤਿਆਰ ਕਰ ਲੈਣਾ ਆ। ਨਾ ਤਾਂ ਬਹੁਤ ਜ਼ਿਆਦਾ ਮੋਟਾ ਚੀਰਾਂਗੇ, ਨਾ ਬਹੁਤ ਜ਼ਿਆਦਾ ਬਰੀਕ। ਲੌਕੀ ਦੇ ਜਿਹੜੇ ਅੰਦਰਲੇ ਬੀਜ ਆ ਉਹ ਇੱਕਦਮ ਨਰਮ ਹੋਣੇ ਚਾਹੀਦੇ ਆ। ਤੁਸੀਂ ਦੇਖ ਕੇ ਲੌਕੀ ਲੈਣੀ ਆ, ਬਹੁਤ ਜ਼ਿਆਦਾ ਮੋਟੀ ਨਾ ਹੋਵੇ। ਜੇ ਜ਼ਿਆਦਾ ਮੋਟੀ ਲੌਕੀ ਹੋਊਗੀ ਤਾਂ ਫਿਰ ਉਹਦੇ ਬੀਜ ਅੰਦਰੋਂ ਪੱਕੇ ਹੁੰਦੇ ਆ, ਬੀਜ ਨਰਮ ਹੋਊਗੇ ਤਾਂ ਲੌਕੀ ਬਹੁਤ ਜ਼ਿਆਦਾ ਸਵਾਦ ਬਣਦੀ ਆ। ਲੌਕੀ ਨੂੰ ਅਸੀਂ ਦੁੱਧ ਪਾ ਕੇ ਬਣਾਵਾਂਗੇ। ਦੁੱਧ ਪਾ ਕੇ ਲੌਕੀ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਆ, ਤੁਸੀਂ ਇਹਨੂੰ ਜ਼ਰੂਰ ਬਣਾ ਕੇ ਦੇਖਿਓ। ਲੌਕੀ ਚੀਰ ਕੇ ਤਿਆਰ ਆ, ਹੁਣ ਇਹਨੂੰ ਆਪਾਂ ਤੜਕਾ ਲਾਉਂਦੇ ਹਾਂ। ਲੌਕੀ ਨੂੰ ਚੀਰਨ ਤੋਂ ਬਾਅਦ ਪਿਆਜ਼, ਲਸਣ, ਅਦਰਕ ਇਹ ਵੀ ਆਪਾਂ ਤਿਆਰ ਕਰ ਲਿਆ। ਹੁਣ ਆਪਾਂ ਤੜਕਾ ਲਾਉਣ ਵਾਸਤੇ ਕੜਾਹੀ ਰੱਖਾਂਗੇ। ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੀ ਕੁੜੱਤਣ ਕੱਢ ਲੈਣੀ ਆ। ਉਸ ਤੋਂ ਬਾਅਦ ਤੇਲ ਨੂੰ ਥੋੜ੍ਹਾ ਠੰਡਾ ਕਰਾਂਗੇ, ਫਿਰ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ। ਤੇਲ ਹੋ ਗਿਆ ਗਰਮ, ਇੱਕ ਚਮਚਾ ਪਾ ਦਾਂਗੇ ਜੀਰੇ ਦਾ, ਦੋ ਪਾਵਾਂਗੇ ਸੁੱਕੀਆਂ ਹੋਈਆਂ ਲਾਲ ਮਿਰਚਾਂ। ਦੋਨਾਂ ਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲਿਆ। ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਆ ਬਰੀਕ ਕੱਟ ਕੇ। ਪਿਆਜ਼ ਨੂੰ ਅਸੀਂ ਭੁੰਨ ਲੈਣਾ। ਪਿਆਜ਼ ਨੂੰ ਭੁੰਨਦੇ ਹੋਏ 3-4 ਮਿੰਟ ਹੋ ਗਏ ਆ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚਾ ਕੁੱਟਿਆ ਹੋਇਆ ਲਸਣ, ਇੱਕ ਚਮਚਾ ਬਰੀਕ ਕੱਟਿਆ ਅਦਰਕ, ਦੋ ਹਰੀਆਂ ਮਿਰਚਾਂ। ਸੱਤ 8 ਮਿੰਟ ਹੋ ਗਏ ਆ ਪਿਆਜ਼ ਨੂੰ ਭੁੰਨਦੇ ਹੋਏ। ਪਿਆਜ਼ ਨੂੰ ਅਸੀਂ ਇਸ ਤੋਂ ਜ਼ਿਆਦਾ ਲਾਲ ਨਹੀਂ ਕਰਨਾ। ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਬਹੁਤ ਜ਼ਿਆਦਾ ਜੇ ਭੁੰਨਿਆ ਜਾਵੇ ਫਿਰ ਦੇਖਣ ਦੇ ਵਿੱਚ ਸਹੀ ਨਹੀਂ ਲੱਗਦਾ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ। ਸੇਕ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣਾ ਜਦੋਂ ਸੁੱਕੇ ਮਸਾਲੇ ਪਾਉਣੇ ਆ। ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ, ਅੱਧਾ ਚਮਚਾ ਗਰਮ ਮਸਾਲਾ, ਇੱਕ ਚਮਚਾ ਧਨੀਆ ਪਾਊਡਰ, ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ, ਅੱਧਾ ਚਮਚਾ ਹੀ ਲਾਲ ਮਿਰਚ ਦਾ। ਥੋੜ੍ਹਾ ਜਿਹਾ ਪਾਵਾਂਗੇ ਗਰਮ ਪਾਣੀ। ਮਸਾਲਿਆਂ ਨੂੰ ਅਸੀਂ 2-3 ਮਿੰਟ ਤੱਕ ਭੁੰਨ ਲੈਣਾ। ਮਸਾਲੇ ਤਿਆਰ ਹੋ ਗਏ ਭੁੰਨ ਕੇ, ਹੁਣ ਅਸੀਂ ਇਹਦੇ ਵਿੱਚ ਲੌਕੀ ਪਾ ਦਿੰਦੇ ਹਾਂ। ਮਸਾਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਲੌਕੀ ਨੂੰ ਮਿਲਾ ਲਿਆ। ਹੁਣ ਆਪਾਂ ਇਹਦੇ 'ਚ ਥੋੜ੍ਹਾ ਜਿਹਾ ਪਾਣੀ ਪਾ ਦਾਂਗੇ, 2-3 ਚਮਚੇ ਪਾਣੀ ਦੇ ਪਾਵਾਂਗੇ, ਪਾਣੀ ਜ਼ਿਆਦਾ ਨਹੀਂ ਪਾਉਣਾ। ਢੱਕ ਦਾਂਗੇ ਉੱਪਰੋਂ ਦੀ। ਲੌਕੀ ਨੂੰ ਅਸੀਂ 12-13 ਮਿੰਟ ਤੱਕ ਪਕਾਉਣਾ ਆ, ਜਦੋਂ ਤੱਕ ਇਹ ਪੂਰੀ ਤਰ੍ਹਾਂ ਪੱਕ ਨਹੀਂ ਜਾਂਦੀ। 6-7 ਮਿੰਟ ਹੋ ਗਏ ਆ ਸਬਜ਼ੀ ਨੂੰ ਪੱਕਦੇ ਹੋਏ,
ਵਿੱਚੋਂ ਵਿੱਚੋਂ ਇਹਨੂੰ ਹਿਲਾਈ ਜਾਣਾ ਆ। ਜਿਹੜਾ ਆਪਾਂ ਪਾਣੀ ਵਿੱਚ ਪਾਇਆ ਸੀ ਉਹ ਸਾਰਾ ਪਾਣੀ ਸੁੱਕ ਗਿਆ। ਹਜੇ ਅਸੀਂ ਇਹਨੂੰ 5-7 ਮਿੰਟ ਦੀ ਹੋਰ ਪਕਾਉਣਾ ਆ, ਕਿਉਂਕਿ ਕਾਫੀ ਜ਼ਿਆਦਾ ਕਸਰ ਆ ਇਹਦੇ ਵਿੱਚ, ਪੂਰੀ ਤਰ੍ਹਾਂ ਲੁੱਕ ਪੱਕੀ ਨਹੀਂ ਹਲੇ। ਲੌਕੀ ਤਿਆਰ ਆ ਬਣ ਕੇ, 13-14 ਮਿੰਟ ਲੱਗੇ ਲੌਕੀ ਨੂੰ ਬਣਨ ਲੱਗੇ। ਤੁਸੀਂ ਚੈੱਕ ਕਰ ਲੈਣਾ ਆ ਕਿ ਕਿੰਨਾ ਕੁ ਟਾਈਮ ਲੱਗਦਾ। ਹੁਣ ਅਖੀਰ ਦੇ ਵਿੱਚ ਜਦੋਂ ਲੌਕੀ ਪੂਰੀ ਤਰ੍ਹਾਂ ਬਣ ਜਾਵੇ ਫਿਰ ਇਹਦੇ ਵਿੱਚ ਦੁੱਧ ਪਾਉਣਾ ਆ। ਮੈਂ ਇੰਨਾ ਕੁ ਦੁੱਧ ਲਿਆ ਆ, 1.5 ਕੱਪ ਦੁੱਧ ਦਾ ਹੋਣਾ ਆ, ਮਲਾਈ ਦੇ ਨਾਲ ਹੀ ਦੁੱਧ ਨੂੰ ਲਿਆ ਆ। ਦੁੱਧ ਪਾ ਲਓ ਇਹਦੇ ਵਿੱਚ। ਤਾਂ ਹੀ ਆਪਾਂ ਲੂਣ ਨਹੀਂ ਸੀ ਪਾਇਆ, ਕਿਉਂਕਿ ਜਦੋਂ ਦੁੱਧ ਵਾਲੀ ਸਬਜ਼ੀ ਬਣਾਉਣੀ ਹੋਵੇ ਤਾਂ ਲੂਣ ਫਿਰ ਅਖੀਰ 'ਤੇ ਪਾਈਦਾ ਹੈ। ਦੁੱਧ ਪਾ ਕੇ ਇਹਨੂੰ ਲਗਾਤਾਰ ਹਿਲਾਈ ਜਾਣਾ ਆ, 4-5 ਮਿੰਟ ਤੱਕ ਆਪਾਂ ਇਹਨੂੰ ਸੇਕ ਲਵਾਵਾਂਗੇ। ਦੁੱਧ ਪਾਉਣ ਤੋਂ ਬਾਅਦ 4-5 ਮਿੰਟ ਤੱਕ ਲੌਕੀ ਨੂੰ ਪਕਾ ਲਿਆ। ਦੇਖੋ ਦੁੱਧ ਬਿਲਕੁਲ ਵੀ ਨਹੀਂ ਫਟਿਆ, ਕਿਉਂਕਿ ਲੂਣ ਨਹੀਂ ਸੀ ਅਸੀਂ ਇਹਦੇ ਵਿੱਚ ਪਾਇਆ। ਜੇ ਲੂਣ ਪਾ ਦਈਏ ਪਹਿਲਾਂ ਤਾਂ ਫਿਰ ਫਟ ਜਾਂਦਾ ਆ ਦੁੱਧ। ਹੁਣ ਆਪਾਂ ਇਹਦੇ ਵਿੱਚ ਲੂਣ ਪਾ ਦੇਣਾ ਹੈ। 1/2 ਚਮਚਾ ਮੈਂ ਲੂਣ ਦਾ ਪਾਉਣ ਲੱਗੀ ਹਾਂ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੈਣਾ। ਥੋੜ੍ਹਾ ਜਿਹਾ ਪਾ ਦਾਂਗੇ ਹਰਾ ਧਨੀਆ। ਲੌਕੀ ਦੀ ਦੁੱਧ ਵਾਲੀ ਸਬਜ਼ੀ ਤਿਆਰ ਆ ਬਣ ਕੇ, ਇਹਨੂੰ ਹੁਣ ਅਸੀਂ ਥੱਲੇ ਤਾਰ ਲੈਣਾ। ਥੋੜ੍ਹਾ ਜਿਹਾ ਉੱਪਰ ਹਰਾ ਧਨੀਆ ਪਾ ਦਾਂਗੇ। ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਇਹਨੂੰ ਰੋਟੀ ਪਰੌਂਠੇ ਦੇ ਨਾਲ ਬਣਾ ਕੇ ਖਾ ਸਕਦੇ ਹੋ, ਇਸੇ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਖਾਇਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।